ਕਿਉਂਕਿ ਉਹ ਆਪ ਕਹਿ ਰਹੇ ਮੈਂ ਧਾਨੇ ਚੋਂ ਆਇਆ ਭਾਈ ਰਣਜੀਤ ਸਿੰਘ ਜੀ ਉਹਨਾਂ ਚੋਂ ਆਏ ਉਹਨੇ ਆਪ ਕਹਿਣਾ ਕਹਿੰਦੇ ਮੈਂ ਮਿਸ਼ਨਰੀਆਂ ਚੋਂ ਨਹੀਂ ਆਇਆ ਮੈਂ ਧਾਨੇ ਚੋਂ ਆਇਆ ਇਹ ਗੱਲ ਉਹਨਾਂ ਨੇ ਧਾਨੇ ਚੋਂ ਆਇਆ ਤੇ ਤੁਸੀਂ ਸੋਚੋ ਵੀ ਅਸੀਂ ਤਾਂ ਮੈਂ ਕੱਲੀ ਇਹੋ ਗੱਲ ਕੀਤੀ ਆ ਹੋਰ ਬੜਾ ਫੂਟ ਪਾਠ ਗ੍ਰੰਥਾਂ ਵਿੱਚ ਭਰਿਆ ਪਿਆ ਇਸ ਕਰਕੇ ਤੁਸੀਂ ਦੇਖੋ ਤੁਹਾਡੇ ਸਾਹਮਣੇ ਪ੍ਰਤੱਖ ਮਿਸਾਲ ਆ ਵੀ ਉਹ ਭਾਈ ਸਾਹਿਬ ਜਦੋਂ ਖੁਦ ਮੰਨਦੇ ਵੀ ਜਦੋਂ ਮੈਂ ਗੁਰਮਤਿ ਦੀ ਗੱਲ ਨਹੀਂ ਸੀ ਕਰਦਾ ਸਾਰਿਆਂ ਨੂੰ ਹਜਮ ਹੋ ਜਾਂਦਾ ਜਿਉਂ ਜਿਉਂ ਉਹਨਾਂ ਨੇ ਗੁਰਬਾਣੀ ਦੀ ਸਟੱਡੀ ਕਰਕੇ ਗੱਲ ਕਰਨੀ ਸ਼ੁਰੂ ਕੀਤੀ ਆ ਇਹਨਾਂ ਨੂੰ ਹਜਮ ਨਹੀਂ ਹੋ ਰਹੀ ਤੇ ਬਾਕੀ ਬਿਲਕੁਲ ਉਹਨਾਂ ਸਹੀ ਗੱਲ ਕੀ ਆ ਗੁਰਬਾਣੀ ਭੋਰਿਆਂ ਦਾ ਖੰਡਨ ਕਰਦੀ ਆ ਨਾਲੇ ਭਾਈ ਗੁਰਦਾਸ ਨੇ ਆਪਣੀ ਪੌੜੀ ਵਿੱਚ ਇਹ ਗੱਲ ਕੀ ਵੀ ਸਿਰ ਤਲਵਾਇਆ ਪਾਈਏ ਚਮਗਿੱਦੜ ਚੂਹੇ ਮੜੀ ਵਸਾਣੀ ਜੇਮੜੇ ਵਿੱਚ ਖੁੱਡਾਂ ਚੂਹੇ ਜੇ ਧਰਤੀ ਪੁੱਟ ਕੇ ਰਾਮ ਮਿਲਦਾ ਸਭ ਤੋਂ ਪਹਿਲਾਂ ਚੂਹੇ ਨੂੰ ਮਿਲਦੇ ਸਭ ਤੋਂ ਪਹਿਲਾਂ ਚੂਹਾ ਬ੍ਰਹਮ ਗਿਆਨੀ ਹੁੰਦਾ ਨਾਲੇ ਕੱਲੇ ਇੱਕੇ ਗੁਰੂ ਭੋਰੇ ਚ ਬਹਿਣ ਦੀ ਕੀ ਲੋੜ ਵੀ ਬਾਕੀ ਗੁਰੂ ਕੋਈ ਭੋਰੇ ਚ ਨਹੀਂ ਬੈਠਾ ਗੁਰੂ ਸਾਹਿਬ ਤਾਂ ਭੋਰੇ ਚ ਬੈਠੇ ਬੰਦੇ ਨਾਲੇ ਇੱਕ ਗੱਲ ਦੇ ਕਲੀਅਰ ਆ ਜੀ ਗੁਰੂ ਨੌਵੇਂ ਪਾਤਸ਼ਾਹ ਜੇ ਭੋਰੇ ਚ ਬੈਠੇ ਹੁੰਦੇ ਔਰੰਗਜ਼ੇਬ ਨੂੰ ਭੋਰਿਆਂ ਚ ਬਹਿਣ ਵਾਲਾ ਕੋਈ ਖਤਰਾ ਨਹੀਂ ਆ ਹਜ਼ਾਰਾਂ ਸਾਧੂ